ਕਰਦੇ ਆ। ਇਧਰ ਕਮਿਸ਼ਨਰ ਪਰਮਰਾਜ ਸਿੰਘ ਜੀ ਉਮਰਾ ਨੰਗਲ, ਜੋ ਪਹਿਲੇ ਮੇਰੇ ਵੀਰੋਂ ਬਠਿੰਡੇ ਦੇ ਵਿੱਚ ਸੀ, ਮੇਰਾ ਖਿਆਲ ਵੀ ਹੁਣ ਲੁਧਿਆਣੇ ਦੇ ਵਿੱਚ ਹੈ, ਉਹਨਾਂ ਦੇ ਵੀ ਕਹਿੰਦੀ ਵੱਡੀ ਯੋਗਦਾਨ ਹੈ, ਉਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ। ਜਿੰਨੀਆਂ ਵੀ ਕਾਕੇ ਕਾਕੇ ਇੱਧਰ ਨੂੰ ਆਈ ਤਾਈਆਂ ਕੋਲੇ ਔਰ ਮੇਰੇ ਵੀਰੋ ਵੱਡੇ ਮਾਣ ਵਾਲੀ ਗੱਲ ਹੈ, ਕਹਿੰਦੇ ਵੀ ਬਿੰਦੂ ਸੁਨੇਤ ਵਾਲਾ ਜਿਹਨੇ ਕਦੇ ਬਦੋਵਾਲ ਦੇ ਕਬੱਡੀ ਕੱਪ ਤੋਂ ਗੱਡੀ ਜਿੱਤੀ ਮੇਰੇ ਵੀਰੋ, ਅੱਜ ਉਹਦੇ ਵੀ ਇੱਥੇ ਵੱਡੇ ਮਾਨ ਸਨਮਾਨ ਹੋਣਗੇ ਸਾਡੇ ਗੋਪੀ ਵੀਰ ਹੋਰਾਂ ਲਈਓ। ਇੱਧਰ ਨਰਭੈਰ ਸਿੰਘ ਜੀ ਸਿੱਧੂ ਹੋਰਾਂ, ਸਿੱਧੂ ਹੋਰੀ ਉਹ ਵੀ ਪੁੱਜੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਤੇ ਬਿੰਦੂ ਸੁਨੇਤ ਵਾਲੇ ਦੇ ਵੀ ਕਹਿੰਦੇ ਮਾਨ ਸਨਮਾਨ ਹੋਣਗੇ ਵਿਸ਼ੇਸ਼ ਮੇਰੇ ਵੀਰੋ, ਅੱਜ ਕਹਿੰਦੇ ਗੋਪੀ ਵੀਰ ਹੋਰੀ ਕਰ ਰਹੇ ਹੈ। ਜਿੰਨੇ ਵੀ ਕਬੱਡੀ ਦੇ ਵੱਡੇ ਸਟਾਰ ਖੇਡਣੇ ਅੱਜ ਉਹ ਮੇਰੇ ਵੀਰੋ ਪੁੱਜੇ ਹੋਏ ਹੈ, ਉਹਨਾਂ ਨੂੰ ਬੇਨਤੀ ਕਰਦੇ ਵੀ ਆਪਣੀਆਂ ਟੀਮਾਂ ਜਿਹੜੀਆਂ ਜ਼ਰੂਰ ਐਂਟਰ ਕਰਵਾ ਦਿਓ। ਕਬੱਡੀ ਦੇ ਜਿੰਨੇ ਵੀ ਵੱਡੇ ਮੱਲ ਅੱਜ ਰਾਜਗੁਰੂ ਨਗਰ ਦੇ ਵਿੱਚ ਪੁੱਜੇ ਹੋਏ ਹੈ। ਪਾਂਡੇ ਜੀ ਆਇਓ ਮਾੜਾ ਜੀ। ਇੱਕ ਵਾਰੀ ਫਿਰ ਮੈਂ ਸਾਡੇ ਓਪਨਿੰਗ ਸੈਰੇਮਨੀ ਦੇ ਚੀਫ ਗੈਸਟ, ਨੌਜਵਾਨ ਦੀਆਂ ਧੜਕਣ, ਮਿੱਠੇ ਵਿਸਤਾਰ ਬਗੀਤ ਸਿੰਘ ਜੀ ਲੋਪੋ ਚੇਅਰਮੈਨ ਸਾਹਿਬ, ਪੋਸਟੇ 'ਤੇ ਤਸ਼ੀ ਫਰਮਾਨ ਨੇ, ਉੱਚੇ ਚਤਨਵਾਦ ਅਤੇ ਨਿੱਘੀ ਜੀ ਆਇਆ। ਉੱਥੇ ਸਾਡੇ ਮਿੱਤਰਾਂ ਲੜੀ ਦੇ ਵਿੱਚ ਆਉਣ ਵਾਲੇ ਸੱਜਣਾਂ ਦੀ ਲੜੀ ਦੇ ਵਿੱਚ ਲਗਾਤਾਰ ਜਿਹੜਾ ਹੈ ਉਹ ਵਾਧਾ ਹੁੰਦਾ ਜਾ ਰਿਹਾ, ਮੇਲ ਹੁੰਦਾ ਜਾ ਰਿਹਾ, ਸੁਮੇਲ ਹੁੰਦਾ ਜਾ ਰਿਹਾ। ਇਹਦੇ ਨਾਲ ਰੁਪਿੰਦਰ ਸਿੰਘ ਜੀ ਖਾਨਪੁਰ, ਲਵ ਖਾਨਪੁਰ, ਦਵਿੰਦਰ ਪੰਡਾਲ ਕਨੇਚ, ਉਹ ਵੀ ਸਾਡੇ ਕੋਲ ਪਹੁੰਚ ਗਏ ਨੇ। ਉੱਚੇ ਚਤਨਵਾਦ ਅਤੇ ਨਿੱਘੀ ਜੀ ਆਇਆ, ਵੈਲਕਮ, ਸਵਾਗਤਮ। ਬੇਨਤੀ ਕਰਦੇ ਕਬੱਡੀ ਦੇ ਖਿਡਾਰੀਆਂ ਨੂੰ ਆਪਣੀਆਂ ਟੀਮਾਂ ਜਿਹੜੀਆਂ ਐਂਟਰ ਕਰਵਾ ਦੇਣ, ਆਪਾਂ ਸਮੇਂ ਸਿਰ ਟਾਈਆਂ ਕੱਢ ਕੇ ਮੁਕਾਬਲੇ ਜਿਹੜੇ ਸ਼ੁਰੂ ਕਰਵਾ ਸਕੀਏ। ਮੇਰੀ ਵੀਰੋ ਇਹਨਾਂ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਬੇਨਤੀ ਹੈ ਕਿ ਮਾ ਖੇਡ ਕਬੱਡੀ ਦੇ ਜਿਹੜੇ ਮੁਕਾਬਲੇ ਆਪਾਂ ਸਮੇਂ ਸਿਰ ਸ਼ੁਰੂ ਕਰਵਾ ਸਕੀਏ। ਦਰਸ਼ਕ ਵੀਰ ਵੀ ਹੌਲੀ ਹੌਲੀ ਪੁੱਜਦੇ ਜਾ ਰਹੇ ਹੈ ਮੇਰੇ ਵੀਰੋ। ਦਰਸ਼ਕਾਂ ਦੇ ਨਾਲ ਹੀ ਕਬੱਡੀ ਦੀ ਜਿਹੜੀ ਬੱਲੇ ਬੱਲੇ ਹੈ, ਅੱਜ ਕਬੱਡੀ ਦੇ ਜਿਹੜੇ ਟੌਪ ਦੇ ਖਿਡਾਰੀ ਖੇਡਣਗੇ। ਔਰ ਕਿਉਂਕਿ ਪ੍ਰਾਈਜ਼ ਜਿਹੜੇ ਵੱਡੇ ਰੱਖੇ ਹੈ, 1,71,000 ਦੇ ਪ੍ਰਾਈਜ਼ ਨੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ, ਜਿਹੜੀਆਂ ਸੋਨੇ ਦੀਆਂ ਮੁੰਦੀਆਂ ਦੇ ਮਾਨ ਸਨਮਾਨ ਹੋਣਗੇ। ਔਰ ਬਿੰਦੂ ਸੁਨੇਤ ਵਾਲੇ ਦਾ ਕਹਿੰਦੇ ਮਾਨ ਸਨਮਾਨ ਹੋਵੇਗਾ, ਜਿਹਨੇ ਬਦੋਵਾਲ ਦੇ ਵਿੱਚੋਂ ਮੇਰੇ ਵੀਰੋ ਕਹਿੰਦੇ ਗੱਡੀ ਜਿੱਤੀ ਹੈ, ਉਹ ਜਾਫੀ ਦੇ ਵੀ ਅੱਜ ਵੱਡੇ ਮਾਨ ਸਨਮਾਨ ਹੋਣਗੇ। ਅੱਜ ਕਹਿੰਦੇ ਅਠੂਰ ਦੀ ਟੀਮ ਲਈ ਵੱਡੇ ਜਾਫਿਆਂ ਦੀ ਗੱਲ ਕਰੇਗਾ ਬਿੰਦੂ ਸੁਨੇਤ ਵਾਲਾ। ਅਠੂਰ ਦੇ ਏਕਮ ਵਰਗੇ, ਨਿਰਭੈ ਵਰਗੇ ਵੀ ਵੱਡੇ ਕਬੱਡੀ ਦੇ ਸਟਾਰ ਆ ਮੇਰੇ ਵੀਰੋ। ਔਰ ਉਸ ਨਗਰ ਦੀ ਟੀਮ ਦੇ ਲਈ ਸੁਨੇਤ ਵਾਲਾ ਬਿੰਦੂ ਜਿਹੜਾ ਅੱਜ ਵੱਡੀ ਜਾਫਿਆਂ ਦੀ ਗੱਲ ਕਰੇਗਾ। ਔਰ ਨਾਲ ਹੀ ਬੇਨਤੀ ਕਰਦੇ ਸੀ ਉਹਨਾਂ ਵੀਰਾਂ ਨੂੰ
ਜਿਹੜੇ ਮੇਰੇ ਵੀਰੋ ਆਪਣੀਆਂ ਟੀਮਾਂ ਦੇ ਨਾਲ ਪੁੱਜੇ ਆ ਉਹਨਾਂ ਨੂੰ ਬੇਨਤੀ ਹੈ ਹੈਰੀ ਹੈਰੀ ਗੱਡੀ ਦੀ ਚਾਬੀ ਦੇ ਯਾਰ ਮੁੰਡੇ ਨੇ ਸਮਾਨ ਕੱਢਣਾ ਉਹ ਚੋਂ ਹੈਰੀ ਲਾਲ ਤੋਂ ਮੇਰੇ ਲਈ ਗੱਡੀ ਦੀ ਚਾਬੀ ਦੇ ਯਾਰ ਇਹ ਪਹਿਲਾ ਕਬੱਡੀ ਪਹਿਲਾ ਨਿਊ ਰਾਜਗੁਰੂ ਨਗਰ ਕਬੱਡੀ ਕੱਪ ਜੋ ਕਿ ਅੱਜ ਇਸ ਨਗਰ ਦੇ ਵਿੱਚ ਹੋ ਰਿਹਾ ਹੈ ਇਹ ਸਾਡੇ ਸਾਂਝੇ ਪ੍ਰਬੰਧ ਦੁਆਰਾ ਕੀਤਾ ਗਿਆ ਹੈ ਜਿਸ ਵਿੱਚ ਯੁਵਕ ਸਭਾਵਾਂ ਕਲੱਬ ਰਜਿਸਟਰਡ ਨਿਊ ਰਾਜਗੁਰੂ ਨਗਰ ਔਰ ਪਿੰਡ ਦੀ ਪੰਚਾਇਤ ਜਿਸ ਦੇ ਸਰਪੰਚ ਸ਼੍ਰੀ ਹਰੀਓਮ ਸ਼ਰਮਾ ਜੀ ਔਰ ਪਿੰਡ ਦੇ ਪਤਵੰਤੇ ਸੱਜਣ ਪਿੰਡ ਦੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਮੀਤਪਾਲ ਸਿੰਘ ਦੁਗਰੀ ਪ੍ਰਧਾਨ ਮਾਲਵਾ ਜ਼ੋਨ ਦੇ SOI ਦੇ ਪ੍ਰਧਾਨ ਜੋ ਨੇ ਉਹ ਪਹੁੰਚ ਚੁੱਕੇ ਨੇ ਇਹਨਾਂ ਦਾ ਨਿੱਘਾ ਸਵਾਗਤ ਹੈ ਗੱਲ ਕਰ ਰਹੇ ਸੀ ਸਾਡੇ ਪਿੰਡ ਦੀ ਸਾਡੇ ਪਿੰਡ ਦੇ ਵਿੱਚ ਜੋ ਸਾਡੇ ਸਰਪੰਚ ਹਰੀਓਮ ਸ਼ਰਮਾ ਜੀ ਬਣੇ ਹਨ ਜਦੋਂ ਤੋਂ ਇਹ ਸਰਪੰਚ ਬਣੇ ਹਨ ਇਹਨਾਂ ਨੇ ਸਾਡੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ ਜਿਸ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਪਹਿਲਾਂ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਸੀ ਇਹਨਾਂ ਨੇ ਬੜੀ ਜੱਦੋਜਹਿਦ ਕੀਤੀ ਔਰ ਜੱਦੋਜਹਿਦ ਕਰਨ ਤੋਂ ਬਾਅਦ ਦੇ ਵਿੱਚ ਪਿੰਡ ਦੇ ਵਿੱਚ ਸੀਵਰੇਜ ਪਵਾਇਆ ਗਿਆ ਔਰ ਤਕਰੀਬਨ ਅੱਧੀਆਂ ਗਲੀਆਂ ਪੱਕੀਆਂ ਹੋ ਗਈਆਂ ਨੇ ਲਾਈਟਾਂ ਦਾ ਪ੍ਰਬੰਧ ਹੋ ਗਿਆ ਔਰ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਇਹ ਯੁਵਕ ਸੇਵਾਵਾਂ ਕਲੱਬ ਦਾ ਦੀ ਕ੍ਰੀਏਸ਼ਨ ਕਰਨਾ ਇਹ ਇਹਨਾਂ ਦਾ ਹੀ ਪ੍ਰਬੰਧ ਹੈ ਔਰ ਅੱਜ ਜੋ ਇਹ ਟੂਰਨਾਮੈਂਟ ਹੋ ਰਿਹਾ ਹੈ ਇਸ ਦੇ ਵਿੱਚ ਯੁਵਕ ਸੇਵਾਵਾਂ ਕਲੱਬ ਦੇ ਸਾਰੇ ਮੈਂਬਰ ਸਰਪੰਚ ਸਾਹਿਬ ਔਰ ਸਾਡੇ ਪਿੰਡ ਦੇ ਪੰਚਾਇਤ ਮੈਂਬਰ ਔਰ ਜੋ ਪਤਵੰਤੇ ਸੱਜਣ ਹਨ ਇਸ ਪਿੰਡ ਦੇ ਜਿਨ੍ਹਾਂ ਦੇ ਵਿੱਚ ਸਰਦਾਰ ਅਵਤਾਰ ਸਿੰਘ ਤਾਰੀ ਟਰਾਂਸਪੋਰਟਰ ਸਰਦਾਰ ਗੁਰਨਾਮ ਸਿੰਘ ਜੀ ਸਰਦਾਰ ਇਕਬਾਲ ਸਿੰਘ ਸਿੱਧੂ ਸਰਦਾਰ ਬਲਵਿੰਦਰ ਸਿੰਘ ਲਖਵੀਰ ਸਿੰਘ ਰੇਸ਼ਮ ਸਿੰਘ ਬਰਾੜ ਨਰਪੈਰ ਸਿੰਘ ਸਿੱਧੂ ਇੰਦਰਮੀਤ ਸਿੰਘ ਗੁਰਲਾਲ ਸਿੰਘ ਹੈਰੀ ਸੰਧੂ ਇਹ ਸਾਰਿਆਂ ਵੱਲੋਂ ਬੜਾ ਹੀ ਯੋਗਦਾਨ ਪਾਇਆ ਜਾ ਰਿਹਾ ਹੈ ਸੋ ਮੰਚ ਤੇ ਸਾਡੇ ਮਿੱਤਰਾਂ ਦੀ ਲੜੀ ਦੇ ਵਿੱਚੋਂ ਬਹੁਤ ਹੀ ਪਿਆਰਾ ਵੀਰ ਸਰਦਾਰ ਮੀਤਪਾਲ ਸਿੰਘ ਜੀ ਦੁਗਰੀ ਪ੍ਰਧਾਨ SOI ਮਾਲਵਾ ਜ਼ੋਨ ਨੰਬਰ 3 ਉਹ ਵੀ ਤਸ਼ਰੀਫ ਲੈ ਆਏ ਨੇ ਮੰਚ ਵੱਲੋਂ ਨਿੱਘੀ ਜੀ ਆਇਆਂ ਵੈਲਕਮ ਸਵਾਗਤਮ ਕਿਉਂਕਿ ਜਿਉਂ ਜਿਉਂ ਸੂਰਜ ਦੇਵਤਾ ਆਪਣੀਆਂ ਕਿਰਨਾਂ ਨੂੰ ਹੋਰ ਗਰਮ ਕਰਦਾ ਜਾ ਰਿਹਾ ਤਿਉਂ ਤਿਉਂ ਓਪਨ ਦੀਆਂ ਟੀਮਾਂ ਦਾ ਦਾਇਰਾ ਵੱਧਦਾ ਜਾ ਰਿਹਾ ਟੀਮਾਂ ਸਾਡੇ ਕੋਲ ਪਹੁੰਚਣੀਆਂ ਸ਼ੁਰੂ ਹੋ ਗਈਆਂ ਚੰਦ ਮਿੰਟਾਂ ਦੇ ਵਿੱਚ ਟਾਈਆਂ ਪੈ ਜਾਣਗੀਆਂ ਔਰ ਤਿਉਂ ਤਿਉਂ ਨਾਲ ਨਾਲ ਉਹ ਤਾਰਾ ਕਿਸ਼ਨਪੁਰ ਵੀਰ ਕਿੱਥੇ ਆ ਕਮੈਂਡੇਟਰ ਸਾਡੇ ਇਨਵਾਈਟਡ ਪਰਸਨ ਸਹਿਯੋਗੀ ਸੱਜਣ ਉਹਨਾਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਸਾਰੇ ਸੱਜਣਾਂ ਦਾ ਵੀ ਟਰਨ ਬਾਏ ਟਰਨ ਸਟੇਜ ਤੋਂ ਨਾਂ ਬੋਲ ਕੇ ਧੰਨਵਾਦ ਕਰਾਂਗੇ ਸੋ ਮੈਂ ਉਚੇਚੇ ਤੌਰ 'ਤੇ ਸਰਦਾਰ ਬਾਗੀਤ ਸਿੰਘ ਜੀ ਲੋਪੋ ਚੇਅਰਮੈਨ ਸਾਹਿਬ ਉਹਨਾਂ ਨਾਲ ਸਰ ਗੋਵਿੰਦਰਪਾਲ ਸਿੰਘ ਜੀ ਪੱਪੂ ਪ੍ਰਧਾਨ ਸਾਹਿਬ ਸੀਨੀਅਰ ਪ੍ਰਧਾਨ
ਲੁਧਿਆਣਾ ਸ਼੍ਰੋਮਣੀ ਅਕਾਲੀ ਦਲ ਬਾਦਲ ਅਹੁਦੇਦਾਰ ਮੀਤਪਾਲ ਸਿੰਘ ਦੁਗਰੀ ਪ੍ਰਧਾਨ ਐਸ ਓ ਆਈ ਮਾਲਵਾ ਜ਼ੋਨ ਨੰਬਰ 3 ਇਹਨਾਂ ਸੱਜਣਾ ਨੂੰ ਨਿੱਘੀ ਜੀ ਆਇਆਂ ਵੈਲਕਮ ਸਵਾਗਤਮ ਵਾਹਿਗੁਰੂ 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 ਜੀ ਸਤਨਾਮ ਜੀ ਚਰਕੰਗ ਜੀ ਵਾਹਿਗੁਰੂ ਜੀ ਹੈਲੋ 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 ਹਾਂ ਵੀਰੇ ਕਿਸ਼ਨਪੁਰਾ ਤਾਰਾ ਸਾਡੇ ਵਿੱਚ ਇੰਸਪੈਕਟਰ ਵਰਿੰਦਰਪਾਲ ਜੀ ਡਾਕਟਰ ਜਸਪਾਲ ਸਿੰਘ ਜੀ ਸੰਨੀ ਇਆਲੀ ਸਾਹਿਬਜੀਤ ਸਿੰਘ ਜੀ ਅਤੇ ਅਮਰ ਗਰੇਵਾਲ ਪਹੁੰਚ ਚੁੱਕੇ ਹਨ ਅਸੀਂ ਇਹਨਾਂ ਨੂੰ ਜੀਆਂ ਕਹਿੰਦੇ ਹਾਂ ਵੈਲਕਮ ਕਰਦੇ ਹਾਂ ਔਰ ਇੰਸਪੈਕਟਰ ਵਰਿੰਦਰਪਾਲ ਜੀ ਨੂੰ ਬੇਨਤੀ ਹੈ ਕਿ ਉਹ ਵੀ ਸਟੇਜ 'ਤੇ ਪਹੁੰਚਣ ਡਾਕਟਰ ਜਸਪਾਲ ਸਿੰਘ ਜੀ ਕਾਫੀ ਦੇਰ ਤੋਂ ਇੱਥੇ ਵਿੱਚ ਘੁੰਮ ਰਹੇ ਹਨ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਕਿ ਉਹ ਸਾਡੇ ਸਤਿਕਾਰਯੋਗ ਮੈਂਬਰ ਹਨ ਉਹ ਸਟੇਜ 'ਤੇ ਪਹੁੰਚਣ
ਔਰ ਉਹਨਾਂ ਨੂੰ ਵੈਲਕਮ ਕੀਤਾ ਜਾਂਦਾ ਔਰ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਸਮਾਂ ਕਾਫੀ ਹੋ ਚੁੱਕਿਆ ਹੈਲੋ ਜਿਨ੍ਹਾਂ ਨੇ ਟਾਈਆਂ ਪਾਉਣੀਆਂ ਹੈਲੋ ਜਿਹੜਾ ਇਸ ਪਹਿਲੇ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਹੋਣਾ ਹੈ ਟੋਡਰਪੁਰ ਵਰਸਿਸ ਸਲਾਣਾ ਇਹ ਜਿਹੜੀਆਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣੇ ਪ੍ਰਬੰਧਕਾਂ ਵੱਲੋਂ ਬੇਨਤੀ ਕੀਤੀ ਗਈ ਆ ਕਿ ਦੋ ਟੀਮਾਂ ਜਿਨ੍ਹਾਂ ਦੀ ਅਨਾਊਂਸਮੈਂਟ ਹੋ ਚੁੱਕੀ ਹੈ ਟੋਡਰਪੁਰ ਵਰਸਿਸ ਸਲਾਣਾ ਇਹ ਜਿਹੜੀਆਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣਗੀਆਂ ਇਹਨਾਂ ਵੀਰਾਂ ਨੂੰ ਬੇਨਤੀ ਹੈ ਕਬੱਡੀ ਦੇ ਖਿਡਾਰੀਆਂ ਨੂੰ ਵੀ ਜਲਦੀ ਨਾਲ ਗਰਾਊਂਡ ਦੇ ਵਿੱਚ ਆਓ ਕਿਉਂਕਿ ਪ੍ਰਬੰਧਕਾਂ ਦਾ ਇਹ ਨਵਾਂ ਤਜਰਬਾ ਪਹਿਲਾ ਤਜਰਬਾ ਸਮਾਂ ਕਾਫੀ ਹੋ ਚੁੱਕਿਆ ਜੋ ਪ੍ਰਬੰਧ ਕੀਤੇ ਗਏ ਹਨ 32 ਟੀਮਾਂ ਦੇ ਟੋਟਲ ਮੈਚ ਹੋਣੇ ਹਨ ਪਰ ਸਮਾਂ ਜੋ ਹੋ ਚੁੱਕਿਆ ਉਹਦੇ ਨਾਲ ਇਹ ਕਾਫੀ ਲੇਟ ਹੋ ਜਾ ਰਹੇ ਹਨ ਇਹ ਦੋ ਟੀਮਾਂ ਦੇ ਜੋ ਨਾਂ ਲਏ ਗਏ ਹਨ ਇਹਨਾਂ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਉਹ ਜਲਦ ਤੋਂ ਜਲਦ ਪਾੜੇ ਵਿੱਚ ਆਉਣ ਔਰ ਤਿਆਰੀ ਕਰਕੇ ਆਪਾਂ ਓਪਨਿੰਗ ਜੋ ਕਰਾਉਣੀ ਹੈ ਸਾਡੇ ਸਤਿਕਾਰਯੋਗ ਭਾਗੀਰਥ ਜੀ ਜੋ ਕਿ ਮੁੱਖ ਮਹਿਮਾਨ ਮੀਤਪਾਲ ਸਿੰਘ ਜੀ ਡੁਗਰੀ ਇਹ ਹਾਜ਼ਰ ਹਨ ਔਰ ਕਬੱਡੀ ਵੀਰਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣੀ ਜਲਦ ਤੋਂ ਜਲਦ ਪਾੜੇ ਵਿੱਚ ਪਹੁੰਚਣ ਇੱਕ ਪਿੰਡ ਓਪਨ ਦਾ ਪਹਿਲਾ ਮੁਕਾਬਲਾ ਟੋਡਰਪੁਰ ਵਰਸਿਸ ਸਲਾਣਾ ਇਹ ਦੋ ਟੀਮਾਂ ਵਾਰਮ ਅਪ ਕੇ ਮੈਦਾਨ 'ਚ ਰਿਪੋਰਟ ਕਰਨ ਜੀ ਟੋਡਰਪੁਰ ਵਰਸੇ ਸਲਾਣਾ ਇੱਕ ਵਾਰੀ ਫਿਰ ਮੈਂ ਲਓ ਜਿਹੜੀਆਂ ਟੀਮਾਂ ਅਨਾਊਂਸ ਕੀਤੀਆਂ ਨੇ ਸਲਾਣਾ ਤੇ ਟੋਡਰਪੁਰ ਇਹ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣਗੀਆਂ ਪਹਿਲਾ ਮੁਕਾਬਲਾ ਜਿਹੜਾ ਇਹਨਾਂ ਟੀਮਾਂ ਦੇ ਦਰਮਿਆਨ ਹੋਣਾ ਹੈ ਔਰ ਦਰਸ਼ਕ ਵੀਰ ਵੀ ਹੌਲੀ ਹੌਲੀ ਪੁੱਜਦੇ ਜਾ ਰਹੇ ਆ ਮੇਰੇ ਵੀਰੋ ਔਰ ਸਾਡੇ ਜਿੰਨੇ ਵੀ ਆਰਗੇਨਾਈਜ਼ ਨੇ ਇਸ ਕਬੱਡੀ ਕੱਪ ਦੇ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਇੱਧਰ ਸੀਪਾ ਜਗਰਾਉਂ ਵਾਲਾ ਕਹਿੰਦੇ ਦਾਦਰ ਵਾਲੇ ਵਰਿੰਦਰ ਦੀ ਮਾਸੀ ਦਾ ਸਪੁੱਤਰ ਮੇਰੇ ਵੀਰੋ ਉਹ ਵੀ ਇਸ ਕਬੱਡੀ ਕੱਪ ਤੇ ਪਹੁੰਚ ਗਿਆ ਜੀ ਐਂ ਆਖਦੇ ਉਸ ਵੀਰ ਨੂੰ ਸੀਪਾ ਜਗਰਾਉਂ ਵਾਲਾ ਅਮਨਦੀਪ ਜੀ ਕਬੱਡੀ ਦੇ ਅੱਜ ਵੱਡੇ ਸਟਾਰ ਜਿਹੜੇ ਮੇਰੇ ਵੀਰੋ ਖੇਡਣਗੇ ਤੇ ਇਸ ਇਲਾਕੇ ਨੂੰ ਮੇਰੇ ਵੀਰੋ ਵੱਡੀ ਆਸ ਆ ਕਿ ਅੱਜ ਕਬੱਡੀ ਦੇ ਜਿਹੜੇ ਵੱਡੇ ਖਿਡਾਰੀ ਖੇਡਣਗੇ ਰਾਜਗੁਰੂ ਨਗਰ ਦੇ ਵਿੱਚ ਜਿੰਨੇ ਵੀ ਕਬੱਡੀ ਦੇ ਵੱਡੇ ਮੱਲ ਪੁੱਜੇ ਆ ਉਹਨਾਂ ਨੂੰ ਬੇਨਤੀ ਹੈ ਵੀ ਆਪਣੀਆਂ ਟੀਮਾਂ ਜਿਹੜੀਆਂ ਜ਼ਰੂਰ ਐਂਟਰ ਕਰਵਾ ਦਿਓ ਕਿਉਂਕਿ ਪ੍ਰਾਈਜ਼ ਜਿਹੜੇ ਵੱਡੇ ਰੱਖੇ ਗਏ ਨੇ ਮੇਰੇ ਵੀਰੋ ਪਹਿਲਾ ਪ੍ਰਾਈਜ਼ ਜਿਹੜਾ ਅਮਨਦੀਪ ਉਹ 1,00,000 ਹੈ ਤੇ ਦੂਸਰਾ ਪ੍ਰਾਈਜ਼ ਜਿਹੜਾ 71,000 ਰੁਪਏ ਹਾਂਜੀ ਪ੍ਰੇਮੀ ਜੀ ਸੋ ਸਾਡੇ ਆਗਾਜ਼ ਸਮਾਰੋਹ ਦੇ ਮੁੱਖ ਮਹਿਮਾਨ ਸਤਿਕਾਰਯੋਗ ਸਰਦਾਰ ਭਗੀਤ ਸਿੰਘ ਜੀ ਲੋਪੋ ਚੇਅਰਮੈਨ ਸਾਹਿਬ
ਉਹ ਰੇਲ ਘਾਟ ਦੇ ਨਾਲ ਸਾਡੇ ਖੇਡ ਮੇਲੇ ਦਾ ਆਗਾਜ਼ ਕਰਦੇ ਹੋਏ ਉਹਨਾਂ ਦੇ ਨਾਲ ਸਰਦਾਰ ਹਰਪ੍ਰੀਤ ਸਿੰਘ ਜੀ ਸ਼ਿਵਾਲਿਕ ਜ਼ਿਲ੍ਹਾ ਪਰਿਸ਼ਦ ਮੈਂਬਰ, ਸਰਦਾਰ ਗੋਬਿੰਦਪਾਲ ਸਿੰਘ ਪੱਪੂ, ਸੀਨੀਅਰ ਪ੍ਰਧਾਨ ਸ਼੍ਰੋਮਣੀ ਅਕਾਲੀ ਬਾਦਲ ਔਰ ਸਾਡੇ ਕਲੱਬ ਦੇ ਪ੍ਰਧਾਨ ਸਾਹਿਬ ਪ੍ਰਿੰਸ ਪਾਂਡੇ ਜੀ, ਵਾਈਸ ਪ੍ਰਧਾਨ ਅਮਨਦੀਪ ਜੀ, ਖਜ਼ਾਨਚੀ ਮਨਿੰਦਰ ਸਿੰਘ ਜੀ ਕਾਕਾ, ਹੈਲੋ, ਸਕੱਤਰ ਕਿਰਨਦੀਪ ਸਿੰਘ ਜੀ, ਇੱਧਰ ਕਬੱਡੀ ਕੱਪ ਦਾ ਜਿਹੜਾ ਉਦਘਾਟਨ ਕਰ ਰਹੇ ਨੇ ਸਾਡੇ ਵੀਰ, ਜਿੰਨੇ ਵੀ ਆਰਗੇਨਾਈਜ਼ ਨੇ ਇਸ ਕਬੱਡੀ ਕੱਪ ਦੇ, ਵੱਡੇ ਮਾਣ ਵਾਲੀ ਗੱਲ ਹੈ ਵੀ ਜਿਹੜਾ ਉਦਘਾਟਨ ਦੀ ਰਸਮ ਭਗੀਰਤ ਲੋਪੋ ਜੀ ਇਸ ਕਬੱਡੀ ਕੱਪ ਦਾ ਜਿਹੜਾ ਉਦਘਾਟਨ ਕਰ ਰਹੇ ਹੈ, ਇਹ ਵੀ ਵੱਡੇ ਮਾਣ ਵਾਲੀ ਗੱਲ ਆ ਕਿ ਲੋਪੋ ਦੀ ਧਰਤੀ ਜਿਹੜੀ ਸੰਤ ਦਰਬਾਰਾ ਸਿੰਘ ਦੀ ਧਰਤੀ ਹੈ ਮੇਰੇ ਵੀਰੋ, ਕਿ ਸੰਤ ਦਰਬਾਰਾ ਸਿੰਘ ਜੀ ਆਏ ਸੇਵਕਾਂ ਦੇ ਵਿਹੜੇ ਪਾਰ ਲਗਾਏ, ਰਹਿੰਦੀ ਮਾਜ ਮੌਜੀਆਂ ਦੀ ਕਿ ਲੋਪੋ ਪਿੰਡ ਵਿੱਚ ਚੱਲਦੀ ਗੱਦੀ ਰਾਜੇ ਜੋਗੀਆਂ ਦੀ। ਇੱਧਰ ਸਾਡੇ ਵੀਰ ਹੈਰੀ ਸੰਧੂ ਦੇ ਜਿੰਨੇ ਵੀ ਸੱਜਣ ਮਿੱਤਰ ਪੁੱਜੇ ਹੈ ਉਹਨਾਂ ਨੂੰ ਬੇਨਤੀ ਹੈ ਵੀ ਸਟੇਜ ਤੇ ਵਿਰਾਜਮਾਨ ਹੋਣਗੇ, ਹੈਰੀ ਸੰਧੂ ਦੇ ਜਿੰਨੇ ਵੀ ਸੱਜਣ ਮਿੱਤਰ ਪੁੱਜੇ ਹੈ। ਇੱਧਰ ਛੋਟਾ ਅਮਨ ਲੋਪੋ ਵੀ ਪੁੱਜ ਗਿਆ, ਬੜਾ ਫੱਬ ਰਿਹਾ ਅੱਜ ਇਸ ਨੌਜਵਾਨ ਦੇ, ਵੀ ਕਹਿੰਦੇ LED ਦੇ ਨਾਲ ਮਾਨ ਸਨਮਾਨ ਹੋਣਗੇ, ਤੈਨੂੰ ਵੀ ਨੌਜਵਾਨ ਦਾ ਲੱਖ ਲੱਖ ਮੁਬਾਰਕਬਾਦ ਹੈ। ਸੋਨੂ ਖੰਗੂੜਾ ਤੇ ਯੋਧਾ ਇਟਲੀ ਉਹਨਾਂ ਵੀਰਾਂ ਵੱਲੋਂ ਮੇਰੇ ਵੀਰੋ LED ਦੇ ਨਾਲ ਮਾਨ ਸਨਮਾਨ ਹੋਣਗੇ ਛੋਟੇ ਅਮਨ ਦੇ। ਤੇ ਉੱਧਰ ਸਾਡਾ ਯਾਰ ਵੱਡਾ ਅਮਨਾ ਲੋਪੋ ਵਾਲਾ ਮੇਰੇ ਵੀਰੋ, ਉਹ ਵੀ ਪੁੱਜਾ ਹੋਇਆ, ਉਹ ਵੀ ਅੱਜ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਗੱਲ ਕਰੇਗਾ ਵੱਡਾ ਅਮਨ। ਇੱਧਰ ਓਫੀਸ਼ੀਅਲ ਬੀਰੀ ਬੰਬ ਦਾਤੇ ਪਿੰਡ ਵਾਲਾ ਤੇ ਨਾਲ ਸੇਬੀ ਨਾਲ ਬਿੱਲਾ ਗਾਲ ਵਾਲਾ ਤੇ ਪੁਆਇੰਟਾਂ ਦੀ ਸੇਵਾ ਕਰਨਗੇ ਬਾਬਾ ਹਰਨੇਕ ਸਿੰਘ ਜੀ ਨਾਨਕਸਰ ਵਾਲੇ। ਅੱਜ ਮੇਰੇ ਵੀਰੋ ਦੂਰੋਂ ਦੂਰੋਂ ਸ਼ਖਸੀਅਤਾਂ ਪੁੱਜੀਆਂ ਹੋਈਆਂ ਨੇ ਇਸ ਕਬੱਡੀ ਕੱਪ ਤੇ, ਜਿੰਨੇ ਵੀ ਸਤਿਕਾਰਯੋਗ ਵੀਰ ਇਸ ਕਬੱਡੀ ਕੱਪ ਤੇ ਪੁੱਜੇ ਉਹਨਾਂ ਸਾਰੇ ਹੀ ਵੀਰਾਂ ਦਾ ਆਪਾਂ ਵੱਡਾ ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ ਤੇ। ਤੇ ਸਭ ਤੋਂ ਵੱਡਾ ਜਿਹੜਾ ਧੰਨਵਾਦ ਕਰਦੇ ਦਰਸ਼ਕ ਵੀਰਾਂ ਦਾ, ਮੇਰੇ ਵੀਰੋ ਜਿਹੜੇ ਜਦੋਂ ਇੱਥੇ ਐਂਟਰੀ ਕੀਤੀ ਆ ਤੇ ਦੋ ਤਿੰਨ ਹਾਥੀ ਜਿਹੜੇ ਕਰਾ ਕੇ ਉਹ ਪੁੱਛ ਰਹੇ ਸੀ ਰਸਤੇ ਦੇ ਵਿੱਚ ਵੀ ਕਿੱਧਰ ਦੀ ਜਾਣਾ ਰਾਜਗੁਰੂ ਨਗਰ, ਕਿੱਥੇ ਆ ਟੂਰਨਾਮੈਂਟ, ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਮੇਰੇ ਵੀਰੋ ਗੱਡੀਆਂ ਹਾਥੀ ਕਰਾ ਕੇ ਕਿਰਾਇਆਂ ਤੇ ਪੁੱਜਦੇ ਆ। ਇਹਦੇ ਨਾਲ ਹੀ ਸਾਡੇ ਮਿੱਤਰ ਲੜੀ ਦੇ ਵਿੱਚੋਂ ਹਾਂਜੀ ਸਰਬੱਤੀ ਪ੍ਰੇਮੀ ਜੀ ਇੱਕ ਗੱਲ ਨੋਟ ਕਰ ਲਓ, ਜਦੋਂ ਅਨਾਊਂਸਮੈਂਟ ਕਰਦੇ ਆ ਆਪਾਂ ਥੋੜਾ ਜਿਹਾ ਧਿਆਨ ਰੱਖਣਾ, ਹੈਲੋ ਜ਼ਰੂਰ ਕਹਿਣਾ, ਹੈਲੋ ਕਿਹਾ, ਹਾਂਜੀ ਚੁੱਪ ਕਰ ਜਾ। ਅਤਿੰਦਰਪਾਲ ਅਮਿਤਪਾਲ ਜੀ ਸਬੱਦੀ ਵਾਲੇ, ਅਤਿੰਦਰ ਜੀ, ਰੌਬੀ, ਸੰਦੀਪ, ਪਰਮ ਧਾਲੀਵਾਲ, ਵਰਿੰਦਰ ਸੌਂਤਪੁਰ ਅਤੇ ਉਹਨਾਂ ਦੇ ਨਾਲ ਹੋਰ ਸਾਰੇ ਸੱਜਣ ਉਹ ਵੀ ਪਹੁੰਚ ਗਏ ਨੇ ਸਾਡੇ ਹੈਰੀ ਸੰਧੂ ਜੀ ਦੇ ਮਿੱਤਰ ਲੜੀ ਦੇ ਵਿੱਚੋਂ, ਉਚੇਚਾ ਧੰਨਵਾਦ ਤੇ ਨਿੱਘੀ ਜੀ ਆਇਆਂ। ਬੇਨਤੀ ਹੈ ਕਿ ਟੋਡਰਪੁਰ ਤੇ ਸਲਾਣੀ ਟੀਮ ਅੱਜ ਤੱਕ ਮੈਦਾਨ ਦੇ ਵਿੱਚ ਰਿਪੋਰਟ ਨਹੀਂ ਕੀਤੀ, ਦੋ ਟੀਮਾਂ ਨੇ, ਇਹਨਾਂ ਨੂੰ ਬੇਨਤੀ ਹੈ ਕਿ ਦੋ ਟੀਮਾਂ ਮੈਦਾਨ ਦੇ ਵਿੱਚ ਆ ਜਾਣ ਜੀ। ਕਬੱਡੀ ਦੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਦੇਖੋ ਕਿੱਡਾ ਵਧੀਆ ਜਿਹੜਾ ਪ੍ਰਬੰਧ ਕੀਤਾ ਹੋਇਆ, ਪੰਜਾਬ ਦੇ ਵਿੱਚ ਐਡ ਵੀ ਜਿਹੜੀ ਬਹੁਤ ਕੀਤੀ ਹੈ ਇਸ ਕਬੱਡੀ ਕੱਪ ਦੀ, ਐਡ ਜਿਹੜੀ ਇੰਟਰਨੈਟ ਦੇ ਜ਼ਰੀਏ ਵੀ ਪੂਰੀ ਕੀਤੀ ਹੋਈ ਹੈ ਤੇ ਬੈਨਰ ਵੀ ਜਿਹੜੇ ਜਗਰਾਉਂਡ ਤੱਕ ਲੱਗੇ ਹੋਏ ਹੈ, ਇੱਧਰ ਪਤਾ ਨਹੀਂ ਕਿੱਥੋਂ ਕੁ ਤੱਕ ਲੱਗੇ ਹੋਣਗੇ, ਇੱਧਰ ਰਾਏਕੋਟ ਤੱਕ ਲੱਗੇ ਹੋਏ ਹੈ। ਕਬੱਡੀ ਦੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਗਰਾਊਂਡਾਂ ਦੇ ਵਿੱਚ ਆਇਆ ਕਰੋ, ਕਬੱਡੀ ਦੇ ਖਿਡਾਰੀ ਜਿੰਨੇ ਵੀ
ਟੀਮਾਂ ਇੱਥੇ ਪਹੁੰਚੀਆਂ, ਉਹਨਾਂ ਨੂੰ ਬੇਨਤੀ ਆ ਵੀ ਸਮੇਂ ਸਿਰ ਇੱਕ ਤੋਂ ਉੱਤੇ ਜਿਹੜਾ ਟਾਈਮ ਹੋ ਗਿਆ ਤੇ ਮੈਚ ਜਿਹੜੇ ਸਟਾਰਟ ਕਦੋਂ ਹੋਣੇ ਆ ਤੇ ਕਦੋਂ ਜਾ ਕੇ ਫਾਈਨਲ ਹੋਣਾ, ਕਦੋਂ ਘਰੇ ਪਹੁੰਚਣਾ, ਇਹ ਤੇ ਮੇਰੇ ਵੀਰੋ ਆਉਣ ਵਾਲਿਆਂ ਨੂੰ ਪਤਾ ਹੁੰਦਾ। ਇਹ ਬੇਨਤੀ ਕਰਦੇ ਕਬੱਡੀ ਦੇ ਖਿਡਾਰੀਆਂ ਨੂੰ, ਜੇ ਇੱਥੇ ਆਪਾਂ ਕਹੀਏ ਪ੍ਰਬੰਧਕ ਵੀਰਾਂ ਦਾ ਕੋਈ ਵੀ ਕਸੂਰ ਨਹੀਂ ਹੁੰਦਾ, ਬਿਲਕੁਲ ਤਿਆਰ ਹੈ, ਗਰਾਊਂਡ ਤਿਆਰ ਹੈ, ਪ੍ਰਬੰਧ ਪੂਰਾ ਹੈ, ਕਬੱਡੀ ਦੀਆਂ ਟੀਮਾਂ ਨੂੰ ਜਿਹੜੇ ਪ੍ਰਬੰਧਕ ਵੀਰ ਉਡੀਕ ਰਹੇ ਹੈ। ਤੇ ਨਾਮ ਜਿਹੜਾ ਦੇਖ ਲਓ ਵੀ 1,71,000 ਰੁਪਈਆ ਰੱਖਿਆ ਬੈਸਟ ਨੂੰ, ਸੋਨੇ ਦੀਆਂ ਮੁੰਦਰੀਆਂ। ਹੁਣ ਖਿਡਾਰੀ ਵੀ ਮੇਰੇ ਵੀਰੋ ਜ਼ਿਆਦਾਤਰ ਉਹ ਮੇਲੇ ਖੇਡ ਕੇ ਖੁਸ਼ ਰਹਿੰਦੇ ਜਿੱਥੇ 4 ਟਰੈਕਟਰ ਹੁੰਦੇ ਆ, ਜਾਂ 9:30 ਸ਼ਾਮ ਨੂੰ ਜਾ ਕੇ 2 ਕੁ ਮੈਚ ਖੇਡੋ ਤੇ ਟਰੈਕਟਰ ਘਰ ਨੂੰ ਲੈ ਕੇ ਚਲੇ ਜਾਓ। ਅਸੀਂ ਟੀਮਾਂ ਨੂੰ ਬੇਨਤੀ ਕਰਦੇ ਹਾਂ ਵੀ ਟੀਮਾਂ ਜਿਹੜੀਆਂ ਸਮੇਂ ਸਿਰ ਗਰਾਊਂਡ ਦੇ ਵਿੱਚ ਆਓ। ਆ ਟੀਮਾਂ ਅਨਾਊਂਸ ਕੀਤੀਆਂ, ਟੋਡਰਪੁਰ ਤੇ ਸਲਾਣਾ, ਹਾਲੇ ਟੀਮਾਂ ਕਿਤੇ ਨਜ਼ਰ ਨਹੀਂ ਆ ਰਹੀਆਂ। ਇਹ ਕਬੱਡੀ ਦੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਗਰਾਊਂਡ ਦੇ ਵਿੱਚ ਆਓ, ਸਮੇਂ ਸਿਰ ਆਪਾਂ ਜਿਹੜੇ ਮੈਚ ਕਰਵਾ ਸਕੀਏ। ਪ੍ਰਬੰਧ ਕਮੇਟੀਆਂ ਦਾ ਸਾਥ ਦਿਓ, ਸਾਰੇ ਅਫੀਸ਼ਲਾਂ ਦਾ ਜਿਹੜੇ ਸਮੇਂ ਸਿਰ ਪਹੁੰਚੇ ਹੋਏ ਆ, ਜਿੰਨੇ ਵੀ ਕਬੱਡੀ ਦਾ ਸਾਡੇ ਵੀਰ ਸਹਿਮਤ ਆ, ਦਰਸ਼ਕ ਵੀਰ ਪਹੁੰਚੇ ਹੋਏ ਆ, ਜਿਨ੍ਹਾਂ ਨੇ ਕਬੱਡੀ ਦੇਖਣੀ ਆ ਉਹ ਪਹਿਲਾਂ ਪਹੁੰਚੇ ਹੋਏ ਆ ਤੇ ਜਿਨ੍ਹਾਂ ਨੇ ਕਬੱਡੀ ਖੇਡਣੀ ਆ ਉਹ ਹਾਲੇ ਤੱਕ ਪਹੁੰਚੇ ਨਹੀਂ। ਇਹ ਦੇਖ ਲਓ ਕਿੱਡੀ ਸ਼ਰਮ ਵਾਲੀ ਗੱਲ ਹੈ, ਜਿਨ੍ਹਾਂ ਨੇ ਕਬੱਡੀ ਦੇਖਣੀ ਉਹਦਾ ਪਹੁੰਚੇ ਹੋਏ ਫਿਕਰ ਆਪਣਾ ਨਿਬੇੜ ਕੇ ਕੰਮ ਧੰਦਾ, ਤੇ ਜਿਨ੍ਹਾਂ ਨੇ ਖੇਡਣਾ ਉਹ ਹਾਲੇ ਤੱਕ ਕਿਤੇ ਨਜ਼ਰ ਨਹੀਂ ਆ ਰਹੇ। ਔਰ ਨਾਲ ਹੀ ਬੇਨਤੀ ਆ ਪ੍ਰਬੰਧਕ ਵੀਰਾਂ ਵੱਲੋਂ ਵੀ ਜਿਹੜੇ ਐਕਟਿਵ ਵੀਰ ਆ ਉਹ ਪਲੀਜ਼ ਹੁਣ ਬਾਹਰ ਹੋ ਜਾਣ, ਹੱਥ ਬੰਨ ਕੇ ਬੇਨਤੀ ਆ ਉਹਨਾਂ ਵੀਰਾਂ ਨੂੰ ਵੀ, ਉਹ ਵੀ ਹੁਣ ਆਪਣੀ ਆਪਣੀ ਜਗ੍ਹਾ ਜਿਹੜੀ ਸਾਂਭ ਲੈਣ, ਕਬੱਡੀ ਦਾ ਆਨੰਦ ਮਾਨਣਾ ਆਪਾਂ ਰਲ ਮਿਲ ਕੇ ਸਾਰੇ ਹੀ ਵੀਰਾਂ ਨੇ। ਅੱਜ ਰਾਜਗੁਰੂ ਨਗਰ ਦੇ ਵਿੱਚ ਮੇਰੇ ਵੀਰੋ ਵੱਡਾ ਜਿਹੜਾ ਕਬੱਡੀ ਦਾ ਕੱਪ ਹੈ ਉਹ ਸ਼ੁਰੂ ਹੋਣਾ ਹੈ, ਤੇ ਕਬੱਡੀ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਹਾਂ ਵੀ ਆਪਣੀ ਐਂਟਰੀ ਜਿਹੜੀ ਜ਼ਰੂਰ ਕਰਵਾ ਦਿਓ, ਸਮੇਂ ਸਿਰ ਆਪਾਂ ਮੈਚ ਜਿਹੜੇ ਸ਼ੁਰੂ ਕਰਵਾ ਸਕੀਏ। ਵੈਸੇ ਸਮਾਂ ਤਾਂ ਹੁਣ ਰਿਹਾ ਨਹੀਂ, ਸਮਾਂ ਤਾਂ ਬਹੁਤ ਹੋ ਗਿਆ, 1:30 ਤੋਂ ਮੇਰਾ ਖਿਆਲ 2 ਵੱਜਣ ਵਾਲੇ ਹੋ ਗਏ ਹੈ, ਤੇ ਬੇਨਤੀ ਕਰਦੇ ਕਬੱਡੀ ਦੇ ਖਿਡਾਰੀਆਂ ਨੂੰ ਵੀ ਜੇ ਟੀਮ ਕੋਈ ਐਂਟਰ ਹੋਣ ਵਾਲੀ ਰਹਿੰਦੀ ਹੈ ਤਾਂ ਆਪਣੀ ਐਂਟਰੀ ਕਰਵਾਓ, ਜੇ ਇੱਦਾਂ ਹੀ ਕੰਮ ਚੱਲਦਾ ਰਿਹਾ ਤਾਂ ਜਿਹੜੇ ਮੈਚ ਫਿਰ ਨਾਈਟ ਹੋਇਆ ਕਰਨਗੇ। ਆ ਜਿਹੜਾ ਵੀਰ ਕਲੀ ਗਰਾਊਂਡ ਦੇ ਵਿੱਚ ਪਾ ਰਿਹਾ ਉਸ ਵੀਰ ਨੂੰ ਬੇਨਤੀ ਹੈ ਵੀ ਅਫੀਸ਼ੀਅਲ ਵੀਰਾਂ ਦੇ ਨਾਲ ਰਾਸਤਾ ਕਾਇਮ ਕਰ ਲਵੇ, ਅਫੀਸ਼ੀਅਲ ਵੀਰਾਂ ਦੇ ਨਾਲ ਰਾਸਤਾ ਕਾਇਮ ਕਰ ਲਵੇ। ਹੈਲੋ, ਪਹਿਲੀ ਟੀਮ ਦੀ ਅਨਾਊਂਸਮੈਂਟ ਕਾਫੀ ਦੇਰ ਤੋਂ ਹੋ ਚੁੱਕੀ ਹੈ, ਸੋ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 2-4 ਮਿੰਟ ਦੇ ਵਿੱਚ ਵਿੱਚ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ, ਔਰ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਦੂਜੀ ਟੀਮ ਦੀ ਵੀ ਅਨਾਊਂਸਮੈਂਟ ਕਰਵਾਉਣ ਤਾਂ ਕਿ ਉਹ ਵੀ ਤਿਆਰ ਰਹੇ ਔਰ ਟਾਈਮ ਵੇਸਟ ਨਾ ਹੋਵੇ। ਪਹਿਲਾਂ ਹੀ ਟਾਈਮ ਕਾਫੀ ਹੋ ਚੁੱਕਾ ਹੈ ਔਰ ਹੋਰ ਟਾਈਮ ਵੇਸਟ ਨਹੀਂ ਕਰਨਾ, ਸੋ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਦੂਸਰੀ ਟੀਮ ਦੀ ਵੀ ਅਨਾਊਂਸਮੈਂਟ ਕਰਵਾ ਦੇਣ ਤਾਂ ਕਿ ਦੂਸਰੀ ਟੀਮ ਵੀ ਪਹਿਲੇ ਮੈਚ ਸਮਾਪਤ ਹੋਣ ਤੋਂ ਬਾਅਦ ਤਿਆਰ ਰਹੇ ਔਰ ਪਹਿਲੀ ਟੀਮ ਨੂੰ 2-4 ਮਿੰਟ ਹੋਰ ਦਿੱਤੇ ਜਾਂਦੇ ਹਨ, ਉਹ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਕਿ ਪਹਿਲਾ ਮੈਚ ਸਟਾਰਟ ਕਰਵਾਇਆ ਜਾ ਸਕੇ। ਇੱਧਰ ਕਹਿੰਦੇ ਵੱਡੇ ਯੋਗਦਾਨ ਨੇ ਬਾਈ ਰਾਜੂ ਦੇ,
ਉਸ ਵੀ ਆਪਾਂ ਧੰਨਵਾਦ ਕਰਦੇ ਹਾਂ। ਇਹਦੇ ਨਾਲ ਹੀ ਸਾਡੇ ਪ੍ਰਧਾਨ ਜੀ ਪ੍ਰਿੰਸ ਪਾਂਡੇ ਜੀ ਦੇ ਮਿੱਤਰਾਂ ਦੀ ਲੜੀ ਦੇ ਵਿੱਚੋਂ ਸੋਨੀ ਗਿੱਲ, ਜਤਿੰਦਰ ਸ਼ਰਮਾ, ਅਮਿਤ ਸ਼ੋਰੀ, ਜਾਦੂ ਖੰਗੂੜਾ, ਗੁਰਵਿੰਦਰ ਜਮਾਲਪੁਰ, ਕੁਲਵਿੰਦਰ ਗੋਗੀ, ਵਿੱਕੀ ਜਵੱਦੀ, ਜਤਨਪਾਲ, ਰਿੰਪੀ ਖਾਨਪੁਰ, ਹਨੀ ਸ਼ੋਰੀ, ਰੁਪਿੰਦਰ ਖਾਨਪੁਰ, ਲਵ ਖਾਨਪੁਰ, ਦਵਿੰਦਰ ਪੰਡਾਲ ਕਨੇਚ, ਇਹ ਸੱਜਣ ਵੀ ਪਹੁੰਚ ਗਏ ਨੇ ਉੱਥੇ। ਅੰਮ੍ਰਿਤਪਾਲ ਸਵੱਦੀ, ਅਤਿੰਦਰ, ਰੌਬੀ, ਸੰਦੀਪ, ਪਰਮ ਧਾਲੀਵਾਲ, ਵਰਿੰਦਰ ਸੋਨਪੁਰ ਅਤੇ ਹੋਰ ਮਿੱਤਰ ਹੀ ਪਹੁੰਚ ਗਏ ਨੇ ਸਾਰਿਆਂ ਨਿੱਕੀ ਜੀਆਂ। ਹਾਂਜੀ, ਅਗਲੀ ਗੱਲ, ਅਸੀਂ ਟੀਮਾਂ ਨੂੰ ਫਿਰ ਤੋਂ ਬੇਨਤੀ ਕਰਦੇ ਹਾਂ ਵੀ ਟੋਡਰਪੁਰ ਅਤੇ ਸਲਾਣਾ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆਉਣਗੀਆਂ। ਦਰਸ਼ਕ ਵੀਰ ਜਿਹੜੇ ਵੱਡੀ ਤਾਦਾਦ ਦੇ ਵਿੱਚ ਆਪਾਂ ਅਖੀਰ ਵੀ ਪੁੱਜਦੇ ਜਾ ਰਹੇ ਹੈ, ਔਰ ਬੇਨਤੀ ਕਰਦੇ ਕਬੱਡੀ ਦੇ ਖਿਡਾਰੀਆਂ ਨੂੰ ਵੀ ਉਹ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣ, ਔਰ ਬੇਨਤੀ ਅਸੀਂ ਕਰਦੇ ਹਾਂ ਪ੍ਰਬੰਧਕ ਵੀਰਾਂ ਦੀ ਤਰਫੋਂ, ਜਿਨ੍ਹਾਂ ਦੀ ਕੋਈ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਉਹ ਗਰਾਊਂਡ ਦੇ ਵਿੱਚ ਨਾ ਆਉਣ, ਕਿਉਂਕਿ ਗਰਾਊਂਡ ਜਿਹੜਾ ਆਪਾਂ ਬਿਲਕੁਲ ਕਲੀਅਰ ਰੱਖਣਾ ਹੈ, ਕਬੱਡੀ ਦਰਸ਼ਕ ਵੀਰਾਂ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਦਿਖਾਉਣੀ ਹੈ। ਇਹ ਪੂਰੀ ਪ੍ਰਬੰਧਕ ਕਮੇਟੀ ਦੀ ਤਰਫੋਂ ਬੇਨਤੀ ਹੈ। ਇੱਧਰ ਸਾਡੇ ਵੀਰ ਬਾਕਸਰ ਪੁੱਜੇ ਹੈ, ਇਹਨਾਂ ਨੂੰ ਵੀ ਬੇਨਤੀ ਕਰਦੇ ਵੀ ਥੋੜ੍ਹਾ ਜਿਹਾ ਹੁਣ ਤੁਸੀਂ ਵੀ ਸਖ਼ਤ ਹੋ ਜਾਓ ਵੀਰੇ, ਕਿਉਂਕਿ ਆਪਾਂ ਜਿਹੜਾ ਅੱਜ ਕਬੱਡੀ ਦਾ ਜਿਹੜਾ ਇਹ ਕੱਪ ਪੂਰਾ ਟੌਪ ਦਾ ਹੋਣਾ ਹੈ ਅਤੇ ਇਕੱਠ ਵੀ ਪੂਰਾ ਹੋਣਾ ਮੇਰੇ ਵੀਰੋ। ਸਾਡੇ ਕਬੱਡੀ ਕਮੈਂਟੇਟਰ ਅਮਨਾ ਲੋਪੋ, ਛੋਟਾ ਅਮਨਾ ਲੋਪੋ, ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਗਰਾਊਂਡ ਦੇ ਵਿੱਚ ਪਹੁੰਚਣ ਤਾਂ ਕਿ ਟੀਮਾਂ ਜਦੋਂ ਹੀ ਆਉਂਦੀਆਂ ਨੇ ਉਦੋਂ ਹੀ ਆਪਾਂ ਮੈਚ ਸਟਾਰਟ ਕਰਵਾ ਦੇਈਏ। ਔਰ ਸਾਡੇ ਸਟੇਜ ਦੇ ਕਮੈਂਟੇਟਰ, ਮੰਚ ਸੰਚਾਲਕ, ਮਾਲਵੇ ਦੇ ਪ੍ਰਸਿੱਧ ਪ੍ਰੇਮੀ ਜੀ ਵੜਵਰ ਵਾਲੇ, ਉਹ ਵੀ ਸਾਡੇ ਨਾਲ ਨੇ, ਉਹਨਾਂ ਦੇ ਵੀ ਪੂਰਾ ਯੋਗਦਾਨ ਦਿੱਤਾ ਜਾ ਰਿਹਾ ਹੈ। ਬਾਕੀ ਖਿਡਾਰੀਆਂ ਤੋਂ ਇਲਾਵਾ ਜੋ ਬਾਹਰਲੇ ਵੀਰ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਗਰਾਊਂਡ ਤੋਂ ਬਾਹਰ ਆ ਜਾਣ, ਬਾਹਰ ਆ ਕੇ ਮੈਚ ਦੇਖਣ ਦੀ ਕਿਰਪਾਲਤਾ ਕਰਨ। ਸਾਡੇ ਵੀਰ ਪਹਿਲਾਂ ਵੀ ਤਾਰਾ ਕਿਸ਼ਨਪੁਰਾ ਇਹ ਕਬੱਡੀ ਕਮੈਂਟੇਟਰੀ ਕਰ ਰਹੇ ਹਨ, ਸੋ ਅਮਨਾ ਜੀ ਵੱਲੋਂ ਬੇਨਤੀ ਹੈ ਕਿ ਪਹਿਲਾਂ ਉਹ ਕਮੈਂਟੇਟਰੀ ਕਰਨਗੇ, ਉਸ ਤੋਂ ਬਾਅਦ ਦੇ ਵਿੱਚ ਛੋਟਾ ਅਮਨਾ ਉਹ ਕਮੈਂਟੇਟਰ ਕਰਨਗੇ। ਸੋ ਟੀਮਾਂ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਬਈ ਟਾਈਮ ਬਹੁਤ ਹੋ ਗਿਆ, ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪਹੁੰਚੋ। ਅਸੀਂ ਬੇਨਤੀ ਕਰਦੇ ਹਾਂ ਸਲਾਣਾ ਵਰਸੀ ਟੋਡਰਪੁਰ ਇਹਨਾਂ ਟੀਮਾਂ ਨੂੰ ਵੀ ਜਲਦੀ ਨਾਲ ਗਰਾਊਂਡ ਦੇ ਵਿੱਚ ਆਓ। ਇਹ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣ।
ਕਬੱਡੀ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਨਾ ਗਰਾਊਂਡ ਦੇ ਵਿੱਚ ਆਉਣ। ਉੱਧਰ ਸਾਡੇ ਜਿੰਨੇ ਵੀ ਵੀਰ ਕਬੱਡੀ 365 ਵੈਬਸਾਈਟ ਦੇ ਨਾਲ ਜੁੜੇ ਹੋਏ ਹੈ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ। ਉੱਧਰ ਸਾਡੇ ਵੀਰ ਭੁਪਿੰਦਰ ਰਾਉਕੇ ਤੋਂ, ਉਹ ਵੀ ਮੇਰੇ ਵੀਰ ਮਾਖੇੜ ਕਬੱਡੀ ਦੇ ਨਾਲ ਜੁੜੇ ਹੋਏ ਨੇ, ਕਬੱਡੀ 365 ਵੈਬਸਾਈਟ ਦੇ ਜ਼ਰੀਏ ਅੱਜ ਦੇ ਇਸ ਟੂਰਨਾਮੈਂਟ ਦਾ ਆਨੰਦ ਮਾਣਨਗੇ। ਜਿੰਨੇ ਵੀ ਕਬੱਡੀ 365 ਵੈਬਸਾਈਟ ਦੇ ਨਾਲ ਜੁੜੇ ਹੋਏ ਹੈ ਉਹਨਾਂ ਸਾਰੇ ਹੀ ਸਤਿਕਾਰਯੋਗ ਵੀਰਾਂ ਦਾ ਆਪਾਂ ਵੱਡਾ ਧੰਨਵਾਦ ਕਰਦੇ ਹਾਂ। ਟੋਡਰਪੁਰ ਵਰਸੀ ਸਲਾੜਾ, ਇਹ ਜਿਹੜੀਆਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣ। ਅੱਜ ਮੇਰੇ ਵੀਰੋ ਪਹਿਲਾ ਜਿਹੜਾ ਇਹ ਕਬੱਡੀ ਦਾ ਕੱਪ ਹੈ ਨਿਊ ਰਾਜਗੁਰੂ ਨਗਰ ਦੇ ਵਿੱਚ, ਜਿੱਥੇ ਪਹਿਲਾ ਪ੍ਰਾਈਜ਼ ਜਿਹੜਾ 1 ਲੱਖ ਹੈ ਅਤੇ ਦੂਜਾ 71,000 ਹੈ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ। ਕਹਿੰਦੇ ਵੀ ਸੋਨੇ ਦੀਆਂ ਮੁੰਦੀਆਂ ਦਿੱਤੀਆਂ ਜਾਣਗੀਆਂ, ਇਹ ਵੀ ਵੱਡੇ ਮਾਣ ਵਾਲੀ ਗੱਲ ਹੈ ਮੇਰੇ ਵੀਰੋ, ਕਿਉਂਕਿ ਕਬੱਡੀ ਦੇ ਵਿੱਚ ਪਹਿਲਾਂ ਬਜ਼ੁਰਗਾਂ ਨੇ ਕਬੱਡੀ ਖੇਡੀ ਹੈ ਅਤੇ ਉਦੋਂ ਕਬੱਡੀ ਦੇ ਵਿੱਚ ਇੰਨਾ ਜਿਹੜਾ ਆਪਾਂ ਆਖੀ ਵੀ ਇਨਾਮ ਨਹੀਂ ਸੀ, ਜਿਹੜੇ ਘੱਟ ਪੈਸੇ ਸੀ। ਅਤੇ ਹੁਣ ਤਾਂ ਮੇਰੇ ਵੀਰੋ ਗੱਲਾਂ ਸਿਰੇ ਲੱਗੀਆਂ ਪਈਆਂ, ਕਿਤੇ 60-11 ਟਰੈਕਟਰ ਪਿੱਛੇ ਰੂਟਾਵੇਟਰ, ਕਿਤੇ 4 ਟਰੈਕਟਰ, ਕਿਤੇ ਲੰਡੀਆਂ ਜੀਪਾਂ, ਅਤੇ ਕਬੱਡੀ ਮੇਰੇ ਵੀਰੋ ਹੁਣ ਜਿਹੜੀ ਸ਼ਿਖਰਾਂ 'ਤੇ ਹੈ। ਪਰ ਆਹ ਜਿਹੜੀ ਗੱਲ ਕਬੱਡੀ ਦੇ ਵਿੱਚ ਹੈ ਇਹ ਬਹੁਤ ਮਾੜੀ ਗੱਲ ਹੈ, ਜਿਹੜੇ ਪਲੇਅਰ ਸਮੇਂ ਸਿਰ ਟੂਰਨਾਮੈਂਟਾਂ 'ਤੇ ਨਹੀਂ ਪਹੁੰਚਦੇ। ਕਬੱਡੀ ਦੇ ਵਿੱਚ ਇਨਾਮ ਬਹੁਤ ਹੋ ਗਏ ਹੈ ਪਰ ਕਬੱਡੀ ਦੇ ਵਿੱਚ ਕੋਈ ਜਿਹੜਾ ਸੁਧਾਰ ਹੈ ਉਹ ਹਲੇ ਤੱਕ ਕੋਈ ਨਜ਼ਰ ਨਹੀਂ ਆ ਰਿਹਾ। ਸਾਰੇ ਕਬੱਡੀ ਦੇ ਖਿਡਾਰੀ ਵੀਰਾਂ ਨੂੰ ਬੇਨਤੀ ਕਰਦੇ ਵੀ ਸਮੇਂ ਸਿਰ ਖੇਡ ਮੇਲਿਆਂ 'ਤੇ ਪਹੁੰਚਿਆ ਕਰੋ, ਇਹ ਬੇਨਤੀ ਹੈ। ਜਿਹੜੇ ਦਰਸ਼ਕ ਵੀਰ ਤੁਹਾਨੂੰ ਦੇਖਣ ਆਉਂਦੇ ਮੇਰੇ ਵੱਲਿਓ ਨਹੀਂ ਦਰਸ਼ਕ ਵੀਰਾਂ ਵੱਲਿਓ, ਟੋਡਰਪੁਰ ਅਤੇ ਸਲਾਣਾ ਇਹਨਾਂ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਵੀ ਸਮੇਂ ਸਿਰ ਗਰਾਊਂਡ ਦੇ ਵਿੱਚ ਆਓ। ਇਹਦੇ ਨਾਲ ਹੀ ਸਾਡੇ ਦਰਮਿਆਨ ਇਸ ਇਲਾਕੇ ਦਾ ਮਾਣ ਬਹੁਤ ਹੀ ਪਿਆਰੀ ਸ਼ਖਸੀਅਤ ਸਰਦਾਰ ਹਰਪ੍ਰੀਤ ਸਿੰਘ ਸ਼ਿਵਾਲਕ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਉਹ ਵੀ ਤਸ਼ਰੀਫ ਲੈ ਆਏ ਨੇ ਸਾਡੀ ਸਵਾਗਤੀ ਕਮੇਟੀ ਦੇ ਮੈਂਬਰ, ਉਹਨਾਂ ਨੂੰ ਵਾਹ ਅਦਬ ਵਾਹ ਪ੍ਰੇਮ ਵਾਹ ਸਤਿਕਾਰ ਦੇ ਨਾਲ ਐਸਕੋਰਟ ਕਰਕੇ ਮੰਚ ਵਾਲੇ ਪਾਸੇ ਲੈ ਕੇ ਆਉਂਦੇ ਹੋਏ। ਇੱਕ ਵਾਰ ਫਿਰ ਅਸੀਂ ਮੰਚ ਵੱਲੋਂ ਨਿੱਘੀ ਜੀ ਆਇਆ ਵੈਲਕਮ ਸਵਾਗਤਮ। ਅਸੀਂ ਬੇਨਤੀ ਕਰਦੇ ਹਾਂ ਅੱਜ ਮੇਰੇ ਵੀਰੋ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ ਗ੍ਰੇਟ ਖਲੀ ਜੀ, ਉਹ ਵੀ ਸਾਡੇ ਦਰਮਿਆਨ ਪਹੁੰਚਣਗੇ ਅਤੇ ਬਿੰਦੂ ਸਨੇਤ ਦੇ ਜਿਹੜੇ ਵਿਸ਼ੇਸ਼ ਤੌਰ 'ਤੇ ਮਾਨ ਸਨਮਾਨ ਹੋਣਗੇ ਅਤੇ ਛੋਟੇ ਅਮਨ ਲੋਪੋ ਦੇ ਕਹਿੰਦੇ LED ਦੇ ਨਾਲ ਮਾਨ ਸਨਮਾਨ ਹੋਣਗੇ। ਉਸ ਵੀਰ ਨੂੰ ਵੀ ਆਪਾਂ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ। ਸੋ ਇਹਦੇ ਪਾਸੇ ਸਾਡੇ ਸਤਿਕਾਰਤ ਵਿਸ਼ੇਸ਼ ਮਹਿਮਾਨ ਸਰਦਾਰ ਹਰਪ੍ਰੀਤ ਸਿੰਘ ਸ਼ਿਵਾਲਕ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਉਹਨਾਂ ਦੇ ਨਾਲ
ਜਾਗਰੀ ਪਰਸਾਨ ਜੇਕਰ ਸਾਡੇ ਕਲੱਬ ਦੇ ਮੈਨੇਜਮੈਂਟ ਇੱਕ ਵਾਰ ਫਿਰ ਮੰਚ ਵੱਲੋਂ ਨਿੱਘੀ ਜੀ ਆਇਆ ਵੈਲਕਮ ਸਵਾਗਤਮ। ਟੋਡੇਪੁਰ ਦੇ ਸੈਲਾਨੀ ਟੀਮਾਂ ਮੈਦਾਨ 'ਚ ਕਿਉਂ ਨਹੀਂ ਆ ਰਹੀਆਂ ਬਾਈ? ਟੋਡੇਪੁਰ ਮੈਦਾਨ 'ਚ ਸੈਲਾਨੀ ਵਾਲੇ ਸਾਡੇ ਵੀਰ ਵਰਿੰਦਰ ਲੋਪੋ, ਉਸ ਵੀਰ ਦੇ ਵੀ ਵੱਡੀ ਯੋਗਦਾਨ ਹੈ। ਲਓ ਵੀ ਕਿਹੜੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਚੁੱਕੀ ਹੈ। ਟੋਡਰਪੁਰ ਵਰਸਿਸ ਸੈਲਾਨੀ ਦਾ ਜਿਹੜਾ ਮੈਚ ਖੇਡਿਆ ਜਾਣਾ ਹੈ, ਔਰ ਨਾਲ ਹੀ ਪ੍ਰਬੰਧਕ ਵੀਰਾਂ ਨੂੰ ਬੇਨਤੀ ਕਰਦੇ ਵੀ ਅਗਲੇ ਮੈਚਾਂ ਦੀ ਲਿਸਟ ਜਿਹੜੀ ਉਹ ਵੀ ਸਾਡੇ ਦਰਮਿਆਨ ਪਹੁੰਚਦੀ ਕਰ ਦਿਓ, ਕਿਉਂਕਿ ਆਪਾਂ ਸਮੇਂ ਸਿਰ ਕਬੱਡੀ ਦੇ ਖਿਡਾਰੀਆਂ ਨੂੰ ਅਨਾਊਂਸਮੈਂਟ ਕਰ ਸਕੀਏ, ਸਮੇਂ ਸਿਰ ਟੀਮਾਂ ਜਿਹੜੀਆਂ ਖੇਡ ਗਰਾਊਂਡ ਦੇ ਵਿੱਚ ਆਉਣਗੀਆਂ। ਟੋਡਰਪੁਰ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਗਈ ਹੈ ਤੇ ਸੈਲਾਨੀ ਦੀ ਟੀਮ ਜਿਹੜੀ ਜਲਦੀ ਨਾਲ ਗਰਾਊਂਡ ਦੇ ਵਿੱਚ ਆਵੀ। ਸੈਲਾਨਾ ਸਾਡੇ ਲਾਲਬਾਗ ਏਰੀਆ ਦੇ ਪ੍ਰਧਾਨ ਸਾਹਿਬ ਬਰਾੜ ਸਾਹਿਬ ਉਹ ਆਪਣੇ ਮੰਚ ਤੇ ਆ ਜਾਣ ਜੀ। ਨਿੱਕੀ ਜੀ ਆਇਆ ਵੈਲਕਮ ਸਵਾਗਤਮ। ਟੋਡਰਪੁਰ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਗਈ ਹੈ, ਸੈਲਾਨੀ ਦੀ ਟੀਮ ਜਿਹੜੀ ਹੈਲੋ